ਵਿਰੋਧੀ ਦਲਾਂ ਵੱਲੋਂ ਜਾਤੀਗਤ ਜਨਗਣਨਾ ਨੂੰ ਜਾਰੀ ਕਰਨ ਦੀ ਮੰਗ ਵਿਚਕਾਰ ਵੀਰਵਾਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜਨਗਣਨਾ ਦਾ ਕੰਮ ਅਜੇ ਪੂਰਾ ਨਹੀਂ ਹੋਇਆ। ਇਹ ਜਿਵੇਂ ਹੀ ਪੂਰਾ ਹੋਵੇਗਾ ਜਾਤੀਗਤ ਜਨਗਣਨਾ ਦੇ ਸਾਰੇ ਅੰਕੜੇ ਜਨਤਕ ਕਰ ਦਿੱਤੇ ਜਾਣਗੇ। ਕੈਬਨਿਟ ਦੀ ਬੈਠਕ ਦੇ ਬਾਅਦ ਮੀਡੀਆ ਨਾਲ ਗੱਲਬਾਤ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਨੀਤੀ ਆਯੋਗ ਦੇ ਉਪ ਪ੍ਰਧਾਨ ਅਰਵਿੰਦ ਪਾਨਾਗੜੀਆ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜੋ ਜਾਤੀ ਜਨਗਣਨਾ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰੇਗੀ। ਜੇਤਲੀ ਨੇ ਕਿਹਾ ਕਿ ਦੇਸ਼ ਦੇ 400 ਰੇਲਵੇ ਸਟੇਸ਼ਨਾਂ ਦਾ ਕਾਇਆਕਲਪ ਹੋਵੇਗਾ। ਇਹਨਾਂ ਰੇਲਵੇ ਸਟੇਸ਼ਨਾਂ ਨੂੰ ਸਵਿਸ ਵਿਧੀ ਅਨੁਸਾਰ ਆਧੁਨਿਕ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਕੈਬਨਿਟ ਨੇ 6 ਲੇਨ ਦੇ ਈਸਟਰਨ ਪੈਰੀਫੇਰਲ ਹਾਈਵੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ 19 ਮਈ 2011 ਕਾ ਹੀ ਨਿਰਣੇ ਥਾ ਯੂਪੀਏ ਸਰਕਾਰ ਕਾ ਕਿ ਕੇਂਦਰ ਮੇ ਇੱਕ ਸਬ ਕਮੇਟੀ ਬਨੇਗੀ जो इसको फाइनली कंपाइल करेगी और उसके बाद उसको सार्वजनिक किया जाएगा। तो अभी स्टेट्स इनकी ग्रुपिंग्स कर रहे हैं और आज यह तय हुआ कि नीति आयोग के वाइस चेयरमैन डॉक्टर अरविंद पानीगिरिया की अध्यक्षता में एक कमेटी रहेगी जो इस कास्ट डेटा को क्लासिफाई करेगी और फिर जो उस उपयुक्त समय पर यह कार्रवाई जब पूरी हो जाएगी इसको सार्वजनिक किया जाएगा। अभी तक मैं बतला दूं कि अधिकतर राज्यों ने, क्योंकि राज्यों को भी स्वाभाविक इसमें समय लगेगा, तो अधिकतर राज्यों ने अभी तक उसका रिस्पॉन्स नहीं किया है। खबरों की दुनिया में आइए, हमारे साथ कहीं भी और कभी भी जुड़िए। हम मिलेंगे फेसबुक पर, हम दिखेंगे यूट्यूब पर, हमें फॉलो कीजिए ट्विटर पर। खबरों के साथ बने रहिए रात दिन।